ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨਾਲ ਫੋਟੋ, ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਫੋਟੋ, ਅਮਲੋਹ ਦੇ ਪਿੰਡ ਤੂਰਾਂ ਚ ਵੱਡੇ ਅਕਾਲੀ ਲੀਡਰਾਂ ਨਾਲ ਇਸ ਵਿਅਕਤੀ ਦੇ ਨਾਂ ਦਾ ਨੀਂਹ ਪੱਥਰ। ਇੰਨਾ ਹੀ ਨਹੀਂ, ਅਕਾਲੀ ਦਲ ਚ ਬਤੌਰ ਯੂਥ ਵਿੰਗ ਦਾ ਸਰਕਲ ਪ੍ਰਧਾਨ। ਜੀ ਹਾਂ, ਨਾਮ ਏ ਸੂਰਜਦੱਤ, ਹਲਕਾ ਏ ਅਮਲੋਹ, ਪਰ ਕੰਮ ਅਜਿਹੇ ਕਿ ਪੂਰੀ ਦੀ ਪੂਰੀ ਅਕਾਲੀ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ। ਪਹਿਲਾਂ ਦੇਖੋ ਇਹ ਛੋਟੀ ਜਿਹੀ ਵੀਡੀਓ ਕਲਿੱਪ, ਫਿਰ ਦੱਸਦੇ ਹਾਂ ਕਿ ਇਸ ਵਿਅਕਤੀ ਦਾ ਆਖਿਰ ਕਸੂਰ ਕੀ ਏ। ਅਸਲ ਵਿੱਚ ਇਹ ਸ਼ਖਸ ਹਲਕਾ ਮਲੋਹ ਤੋਂ ਅਕਾਲੀ ਦਲ ਦੇ ਯੂਥ ਵਿੰਗ ਦਾ ਸਰਕਲ ਪ੍ਰਧਾਨ ਦੱਸਿਆ ਜਾ ਰਿਹਾ, ਜਿਹੜਾ ਕਿ ਫਤਿਹਗੜ੍ਹ ਸਾਹਿਬ ਦੇ ਪਿੰਡ ਲਾਦਪੁਰਾ ਵਿੱਚ ਚਿੱਟਾ ਵੇਚਦਾ ਰੰਗੇ ਹੱਥੀਂ ਕਾਬੂ ਕੀਤਾ ਗਿਆ। ਪਿੰਡ ਵਾਸੀਆਂ ਨੇ ਪਹਿਲਾਂ ਨਸ਼ਾ ਵੇਚਣ ਆਏ ਇਸ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ ਅਤੇ ਫਿਰ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਇਹ ਪਹਿਲੀ ਵਾਰ ਇੱਥੇ ਚਿੱਟਾ ਵੇਚਣ ਨਹੀਂ ਆਇਆ ਸੀ। ਪਿੰਡ ਦੇ ਕਈ ਵਿਅਕਤੀਆਂ ਨੇ ਵੱਖੋ ਵੱਖ ਸਮੇਂ ਤੇ ਇਸ ਨੂੰ ਇਹ ਚਿੱਟਾ ਜ਼ਹਿਰ ਵੇਚਦੇ ਪਿੰਡ ਵਿੱਚ ਵੇਖਿਆ। ਉਹਨੂੰ ਅਸੀਂ 3-4 ਵਾਰ ਅੱਗੇ ਦੇਖਿਆ ਸੀ ਵੇਚਦੇ ਨੂੰ, ਫਿਰ ਉੱਧਰ ਰਾਤ ਨੂੰ ਉਰੇ ਕਿਤੇ ਹਨੇਰੇ ਹੋਏ ਆ ਗਿਆ, ਉਹ ਬੱਚੇ ਬੈਠੇ ਸੀ ਉੱਥੇ, ਅਸੀਂ ਉਹ ਮਨ ਮੁੰਡੇ ਖੁੰਡੇ, ਤਾਂ ਫਿਰ ਅਸੀਂ ਜਦੋਂ ਘੇਰਿਆ ਉਹਦੇ ਨਾਲ ਇੱਕ ਪਲਸਰ ਵਾਲਾ ਮੋਟਰਸਾਈਕਲ ਵਾਲਾ ਸੀ ਜਿਹੜਾ ਲੈ ਕੇ ਭੱਜ ਰਿਹਾ, ਉਹ ਤਾਂ ਭੱਜ ਗਿਆ, ਉਹੀ ਇਕੱਲਾ ਫੜਿਆ ਗਿਆ ਉਰੇ, ਫਿਰ ਉਹਦੇ ਕੋਲੋਂ ਮਾਲ ਨਿਕਲਿਆ ਜੀ, ਖਾਣੀ 7 ਗ੍ਰਾਮ ਕਹਿੰਦੇ ਨੇ ਨਿਕਲਿਆ। ਹਾਂ, ਅਸੀਂ ਨੇ ਮੈਨੂੰ ਲੱਗਦਾ 1-1.5 ਮਹੀਨਾ ਸਾਨੂੰ ਲਗਾਤਾਰ ਦੇਖਦੇ ਨੂੰ ਹੋ ਗਿਆ ਸੀ ਉਹਨੂੰ, ਕਿਸੇ ਟਾਈਮ ਆ ਗਿਆ ਕਦੇ ਕਿਸੇ ਨੇ ਦੇਖ ਲਿਆ, ਇੱਕ ਜਾਣੇ ਨੀ ਜਾਣੀ ਦੇਖਿਆ ਸੀ। ਹਾਂ, ਅਕਸਰ ਆਉਂਦਾ ਰਹਿੰਦਾ ਸੀ ਉਰੇ, ਆ ਕੇ ਦਿੰਦਾ ਸੀ ਸਾਡੇ ਗੁਰਦੁਆਰਾ ਸਾਹਿਬ ਕੋਲ ਆ ਕੇ। ਹਾਂ, ਇੱਥੇ ਹੀ ਫੜਿਆ ਗਿਆ। ਅਕਾਲੀ ਦਲ ਦਾ ਇਹ ਯੂਥ ਪ੍ਰਧਾਨ ਨਸ਼ੇ ਨਾਲ ਫੜਿਆ ਗਿਆ ਤਾਂ ਵਿਰੋਧੀਆਂ ਨੂੰ ਨਿਸ਼ਾਨੇ ਲਾਉਣ ਦਾ ਵੀ ਮੌਕਾ ਮਿਲ ਗਿਆ। ਹਲਕਾ ਮਲੋਹ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਨੇ ਦਾਅਵਾ ਕੀਤਾ ਕਿ ਨਸ਼ੇ ਨੂੰ ਲੈ ਕੇ ਕਾਂਗਰਸ ਤੇ ਇਲਜ਼ਾਮ ਲਾਉਣ ਵਾਲੇ ਅਕਾਲੀ ਖੁਦ ਹੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਨੇ, ਜਦਕਿ ਪੱਲਾ ਕਾਂਗਰਸ ਤੇ ਝਾੜਿਆ ਜਾ ਰਿਹਾ। ਉਹਨਾਂ ਹਦਾਇਤ ਕੀਤੀ ਕਿ ਅਜਿਹੀਆਂ ਪ੍ਰਧਾਨਗੀਆਂ ਦੇਣ ਤੋਂ ਪਹਿਲਾਂ ਪਾਰਟੀਆਂ ਨੂੰ 1000 ਵਾਰ ਸੋਚਣਾ ਚਾਹੀਦਾ। ਅਕਾਲੀ ਬਹੁਤ ਰੌਲਾ ਪਾਉਂਦੇ ਆ ਵੀ ਕਾਂਗਰਸ ਸਰਕਾਰ ਦੇ ਵਿੱਚ ਇਹ ਕੰਮ ਹੋ ਰਿਹਾ, ਕਿ ਕਿਹਨਾਂ ਦਾ ਸਰਕਲ ਪ੍ਰਧਾਨ ਫੜਿਆ ਗਿਆ, ਕਿੱਡੀ ਵੱਡੀ ਗੱਲ ਹੈ। ਇੱਥੋਂ ਪਤਾ ਲੱਗਦਾ ਵੀ ਕੌਣ ਨਸ਼ੇ ਦੇ ਕਾਰੋਬਾਰ ਦੇ ਵਿੱਚ ਹਿੱਸਾ ਜ਼ਿਆਦਾ ਵੱਧ ਪਾ ਰਿਹਾ।
ਇਸ ਕਰਕੇ ਅਸੀਂ ਤਾਂ ਆਪਣੀ ਪਾਰਟੀ ਵੱਲੋਂ ਨਿਖੇਧੀ ਕਰਦੇ ਰਹਿੰਦੇ ਹਾਂ। ਗੌਰਮੈਂਟ ਵੀ ਬਹੁਤ ਇਹਦੇ ਉਪਰਾਲੇ ਕਰ ਰਹੀ ਹੈ ਵੀ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨੂੰ ਪੜ ਕੇ ਇਹਨਾਂ ਅੰਦਰ ਕੀਤਾ ਹੈ ਨਸ਼ਾ ਤਸਕਰਾਂ ਨੂੰ, ਪਰ ਫਿਰ ਵੀ ਇਹਨੂੰ ਕੰਟਰੋਲ ਕਰਨਾ ਥੋੜ੍ਹਾ ਜਿਹਾ ਟਾਈਮ ਲੱਗਦਾ ਇਹਦੇ ਵਿੱਚ। ਤੋ ਜੇ ਆਪਣੇ ਪਾਰਟੀ ਵਾਲੀ ਬੰਦੇ ਇਸ ਤਰ੍ਹਾਂ ਕੰਮ ਕਰੀ ਜਾਣਗੇ ਤਾਂ ਬਾਕੀਆਂ ਦਾ ਕੀ ਹੋਏਗਾ? ਤੁਹਾਨੂੰ ਲੱਗਦਾ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਜਿਹੜੇ ਇਹ ਅਹੁਦੇ ਦਿੰਦੀਆਂ ਨੇ ਉਹ ਪਹਿਲਾਂ ਉਸ ਬੰਦੇ ਦਾ ਪੱਖ ਲੈਣਾ ਪਰਖ ਲੈਣਾ ਚਾਹੀਦਾ ਕਿ ਉਹ ਬੰਦਾ ਕੀ ਹੈ? ਬਿਲਕੁਲ ਬਿਲਕੁਲ, ਪਰਖ ਕੇ ਉਹਨੂੰ ਕਰਨਾ ਚਾਹੀਦਾ। ਇਹ ਨਹੀਂ ਵੀ ਤੁਸੀਂ ਗਲਤ ਬੰਦਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਭਰਤੀ ਕਰੀ ਚੱਲੋ ਅਤੇ ਉਹ ਪਾਰਟੀ ਦੇ ਵਿੱਚ ਆ ਕੇ ਉਹ ਨਜਾਇਜ਼ ਉਹਦਾ ਫਾਇਦਾ ਉਠਾਉਣ। ਉਹ ਤਕਰੀਬਨ ਇਹ ਕੰਮ ਮੇਰੇ ਹਿਸਾਬ ਨਾਲ ਇੱਥੋਂ ਹੀ ਚੱਲ ਰਹੇ ਇਹਨਾਂ ਦੇ, ਜੋ ਇਹ ਸਮੈਕ ਵਗੈਰਾ ਇੱਧਰ ਉੱਧਰ ਹੋ ਰਿਹਾ ਸਾਰਾ, ਔਰ ਇਹਦੇ ਰੋਕ ਲੱਗਣੀ ਚਾਹੀਦੀ ਹੈ। ਬਿਲਕੁਲ, ਨੌਜਵਾਨੀ ਖਰਾਬ ਹੋ ਰਹੀ ਹੈ ਬਿਲਕੁਲ ਇਹਦੇ 'ਚ। ਉਧਰ ਦੂਜੇ ਪਾਸੇ ਪੁਲਿਸ ਨੇ ਦੋਸ਼ੀ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 7 ਗ੍ਰਾਮ ਚਿੱਟਾ ਅਤੇ 1 ਜਨ ਗੱਡੀ ਬਰਾਮਦ ਹੋਈ, ਜਿਸ ਤੋਂ ਬਾਅਦ ਹੁਣ ਅਦਾਲਤ ਨੇ ਅਕਾਲੀ ਦਲ ਦੇ ਇਸ ਪ੍ਰਧਾਨ ਨੂੰ ਜੇਲ੍ਹ ਭੇਜ ਦਿੱਤਾ। ਇਨਫੋਰਮੇਸ਼ਨ ਆਈ ਸਾਨੂੰ ਪਿੰਡ ਲਾਡਪੁਰਤ ਦੇ ਵਿੱਚ ਸੂਰਜ ਦੱਤ ਦਾ ਨਾਮ ਦਾ ਜਿਹੜਾ ਲੜਕਾ ਵੀ ਉਹ ਨਸ਼ਾ ਪੱਤਾ ਵੇਚਣ ਆਇਆ ਹੋਇਆ। ਅਸੀਂ ਤੁਰੰਤ ਆਪਣੀ ਪੁਲਿਸ ਪਾਰਟੀ ਭੇਜੀ, ਏ ਸਾਈ ਅਵਤਾਰ ਸਿੰਘ ਨੂੰ ਭੇਜਿਆ ਮੌਕੇ 'ਤੇ, ਅਤੇ ਏ ਸਾਈ ਸਾਹਿਬ ਸਿੰਘ ਮੌਕੇ 'ਤੇ ਗਏ, ਉਹਨਾਂ ਨੂੰ ਜਾ ਕੇ ਵੈਰੀਫਾਈ ਕੀਤਾ ਸਾਰਾ ਅਤੇ ਸਰਚ ਕੀਤੀ ਪੀਰੀਅਡ। ਉਹਦੇ ਕੋਲੋਂ 7 ਗ੍ਰਾਮ ਜਿਹੜੇ ਹੀਰੋ ਨੂੰ ਉਹਦੇ ਕਾਬਜ਼ੇ 'ਚੋਂ ਬਰਾਮਦ ਹੋ ਗਈ ਅਤੇ ਜਿੰਨ ਗੱਡੀ 'ਤੇ ਆਇਆ ਸੀ ਉਹ PB 48F 0800 ਨੰਬਰੀ ਸੀ, ਉਹ ਗੱਡੀ ਕਾਬਜ਼ੇ 'ਚ ਲੈ ਲਈ ਸੀ। FIR ਲੌਜ ਕੀਤੀ ਅੰਡਰ ਸੈਕਸ਼ਨ NDBS ਐਕਟ 'ਤੇ ਉਹਨੂੰ ਪੇਸ਼ ਕੀਤਾ ਅਤੇ ਜਿਹਨੂੰ ਕਿ ਮਾਨਯੋਗ ਸਾਹਿਬ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜੁਡੀਸ਼ੀਅਲ ਰਿਮਾਂਡ 'ਤੇ। ਹੋਰ ਵੀ ਕੁਛ ਬਰਾਮਦਗੀ ਹੋਈ, ਪੁੱਛਗਿੱਛ ਕੁਛ ਸਾਹਮਣੇ ਆਇਆ ਕਿੱਥੋਂ? ਨਹੀਂ, ਹੋਰ ਇਹਦੇ ਕੋਲ ਕੋਈ ਪੁੱਛਗਿੱਛ ਗੱਲ ਸਾਹਮਣੇ ਨਹੀਂ ਆਈ, ਨਾ ਇਹਦੇ ਕੋਲ ਕੋਈ ਹੋਰ ਬਰਾਮਦਗੀ ਹੋਈ ਸੀ। ਕੋਈ ਪਹਿਲਾਂ ਕੇਸ ਜੀ ਇਹਦੇ 'ਤੇ? ਇਹਦੇ ਖਿਲਾਫ਼ ਕੋਈ ਪਹਿਲਾਂ ਕੇਸ ਨਹੀਂ ਦਰਜ ਹੋਇਆ, ਇਹ ਪਹਿਲਾਂ ਹੀ ਮੁਕਦਮਾ ਦਰਜ ਹੋਇਆ। ਇਹ ਵੀ ਨਹੀਂ ਪਤਾ ਲੱਗ ਪਾਇਆ ਕਿੱਥੋਂ ਲਿਆਉਂਦਾ ਸੀ ਇਹਦਾ ਮਾਲ? ਹਾਂ, ਨਹੀਂ ਦੱਸਿਆ ਇਹਨੇ, ਕਹਿੰਦਾ ਮੈਂ ਦਿੱਲੀ ਤੋਂ ਲੈ ਕੇ ਆਇਆ ਸੀਗਾ, ਦਿੱਲੀ ਤੋਂ ਲੈ ਕੇ, ਕਹਿੰਦਾ ਮੈਂ ਕੁਛ ਪੀਂਦਾ ਵੀ ਸੀ ਅਤੇ ਇਹਦੇ ਨਾਲ ਦੇ ਬੰਦੇ ਆਉਂਦਾ, ਕਹਿੰਦਾ ਮੈਂ ਵੇਚਦਾ ਨਹੀਂ ਸੀ। ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਅਜਿਹੇ ਵਿਅਕਤੀਆਂ ਕੋਲ ਨਸ਼ਾ ਆਖਿਰ ਆਉਂਦਾ ਕਿੱਥੋਂ ਹੈ? ਪੁਲਿਸ ਨੂੰ ਹੋਰ ਬਰਾਮਦਗੀ ਤਾਂ ਨਹੀਂ ਹੋਈ, ਪਰ ਕੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਨਹੀਂ ਹੋਣੀ ਚਾਹੀਦੀ? ਇਹ ਵੀ ਤਾਂ ਨਹੀਂ ਹੋ ਸਕਦਾ ਕਿ ਇਸ ਲੀਡਰ ਨੇ ਚਿੱਟਾ ਆਪਣੇ ਘਰ ਹੀ ਪੈਦਾ ਕੀਤਾ ਹੋਵੇ, ਤਾਰ ਤਾਂ ਕਿਸੇ ਨਾ ਕਿਸੇ ਵੱਡੇ ਸਮਗਲਰ ਨਾਲ ਜ਼ਰੂਰ ਜੁੜੇ ਹੋਣਗੇ। ਅਕਾਲੀ ਦਲ 'ਤੇ ਲੱਗੇ ਇਸ ਦਾਗ ਨੂੰ ਸਾਫ਼ ਕਰਨ ਲਈ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਵੀ ਅੱਗੇ ਜ਼ਰੂਰ ਆਉਣਾ ਚਾਹੀਦਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੰਜੂ ਸੈਣੀ, ਪੰਜਾਬੀ ਲੋਕ ਚੈਨਲ।